ਉਦਾਸੀਨ ਆਸ਼ਰਮ ਡੇਰਾ ਬਾਬਾ ਸਤ ਪ੍ਰਕਾਸ਼ ਜੀ ਪਿੰਡ ਹਰੀਏ ਵਾਲਾ ਜ਼ਿਲ੍ਹਾ ਮੋਗਾ ਵਿਖੇ ਮਹੰਤ 108 ਸਵਾਮੀ ਰਾਮਾਨੰਦ ਜੀ ਮਹਾਰਾਜ ਦੀ ਸਲਾਨਾ ਬਰਸੀ ਅਸਥਾਨ ਦੇ ਮੌਜੂਦਾ ਗੱਦੀ ਨਿਸ਼ੀਨ ਮਹੰਤ ਰਾਮ ਮੁਨੀ ਜੀ ਦੇਖਰੇਖ ਹੇਠ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਮਾਗਮਾਂ ਦੌਰਾਨ ਅਰੰਭੇ ਸ੍ਰੀ ਚੰਦਰ ਸਿਧਾਂਤ ਸਾਗਰ ਪਾਠਾਂ ਦੇ ਭੋਗ ਪਾਏ ਗਏ। ਮਹੰਤ ਮਹਿੰਦਰ ਸਿੰਘ ਜੀ ਕੋਠਾ ਗੁਰੂ, ਮਹੰਤ ਸੁਦੇਵ ਮੁੰਡੀ ਜੀ ਸੇਖਾ ਝਿੜੀ, ਮਹੰਤ ਕੁਸ਼ੇਤਰ ਦਾਸ ਜੀ ਪੱਟੀ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨਿਹਾਲ ਕੀਤਾ। ਉਦਾਸੀਨ ਆਸ਼ਰਮ ਵਿਖੇ ਬਿਰਾਜਮਾਨ ਛਤਰ ਚਵਰ ਤਖ਼ਤ ਦੇ ਮਾਲਕ ਔਰ ਗੁਰੂ ਪਿਆਰੀ ਸਾਧ ਸੰਗਤ ਜੀਓ, ਕਿ ਅੱਜ ਉਸ ਮਹਾਨ ਬ੍ਰਹਮ ਗਿਆਨੀ ਮਹਾਂਪੁਰਸ਼ ਸਵਾਮੀ ਰਾਮਾਨੰਦ ਜੀ ਮਹਾਰਾਜ, ਉਹਨਾਂ ਨੂੰ ਸਮਰਪਿਤ ਸਲਾਨਾ ਬਰਸੀ ਪਵਿੱਤਰ ਦਿਹਾੜੇ ਮਿੱਠੀ ਯਾਦ ਮਨਾਈ ਜਾ ਰਹੀ ਹੈ। ਇਹ ਸਾਰਾ ਉੱਦਮ ਇਸ ਸਥਾਨ ਦੇ ਸੰਚਾਲਕ ਬਹੁਤ ਹੀ ਸਤਿਕਾਰਯੋਗ ਸਵਾਮੀ ਰਾਮ ਮੁਨੀ ਜੀ ਮਹਾਰਾਜ, ਸਮੂਹ ਨਗਰ ਦੀਆਂ ਸੰਗਤਾਂ, ਨਗਰ ਪੰਚਾਇਤ ਰਲ ਮਿਲ ਕੇ ਮਨਾ ਰਹੇ ਨੇ। ਸੱਜਣੋ, ਇਹ ਦਿਹਾੜੇ ਬਰਸੀਆਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜੋ ਸਾਰੀ ਜ਼ਿੰਦਗੀ ਪਰਉਪਕਾਰ ਕਰ ਜਾਂਦੇ ਨੇ। ਪਰਉਪਕਾਰ ਕੇ ਕਾਰਨ ਹੈ ਭਇਆ ਭੇਖ ਧਾਰੀ, ਸੰਤ ਲੋਕ ਆਉਂਦੇ ਹੀ ਪਰਉਪਕਾਰ ਵਾਸਤੇ ਨੇ। ਰਾਮਾਨੰਦ ਜੀ ਉਹਨਾਂ ਦੀ ਬਰਸੀ ਨੂੰ ਮੁੱਖ ਰੱਖਦੇ ਹੋਏ ਬੜੀ ਦੂਰ ਦੂਰ ਤੋਂ ਸੰਗਤਾਂ ਪਿੰਡ ਹਰੀਏ ਵਾਲਾ ਡੇਰਾ ਵਿਖੇ ਪਹੁੰਚੀਆਂ ਹੋਈਆਂ ਹਨ, ਤਾਂ ਗੁਰਮੁਖ ਪਿਆਰਿਓ, ਬਰਸੀਆਂ ਉਹਨਾਂ ਮਹਾਂਪੁਰਸ਼ਾਂ ਦੀਆਂ ਮਨਾਈਆਂ ਜਾਂਦੀਆਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਰੀ ਉਮਰ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਧਰਮ ਦਾ ਪ੍ਰਚਾਰ ਕੀਤਾ, ਭੁੱਲੇ ਹੋਏ ਜੀਵਾਂ ਨੂੰ ਸਿੱਧੇ ਰਸਤੇ ਪਾਇਆ। ਇਹ ਵੱਡੇ ਭਾਗਾਂ ਕਰਕੇ ਆਪਾਂ ਨੂੰ ਸਮਾਂ ਪ੍ਰਾਪਤ ਹੁੰਦਾ ਹੈ, ਅਤੇ ਹਰ ਸਾਲ ਹੀ ਜੋ ਮਹੰਤ ਰਾਮ ਮੁਨੀ ਜੀ ਮਹਾਂਪੁਰਖਾਂ ਦੀ ਯਾਦਗਾਰ ਨੂੰ ਮਨਾਉਂਦਿਆਂ ਹੋਇਆਂ ਇੱਕ ਮਹਾਨ ਯੱਗ ਰਚਦੇ ਨੇ, ਜਿਸ ਦੇ ਇੱਕ 12 ਸਾਲ ਬਾਅਦ ਕੁੰਭ ਆਉਂਦਾ ਹੈ, ਇਹ ਆਪਣੇ ਨਗਰ ਦੇ ਵੱਡੇ ਭਾਗ ਨੇ ਜੋ ਕਿ ਹਰ ਸਾਲ ਹੀ ਇੱਕ ਕੁੰਭ ਦੀ ਤਰ੍ਹਾਂ ਜੋ ਇੱਥੇ ਮੇਲਾ ਭਰਦਾ ਹੈ, ਅਤੇ ਸੰਗਤ ਦੇ ਔਰ ਨਗਰ ਦੇ ਵੱਡੇ ਭਾਗ ਨੇ ਜਿੱਥੇ ਦੂਰ ਦੂਰੋਂ ਮਹਾਂਪੁਰਸ਼ ਆ ਕੇ ਹਾਜ਼ਰੀਆਂ ਲਵਾਉਂਦੇ ਨੇ। ਸੋ ਸਾਰੇ ਹੀ ਮਹਾਂਪੁਰਸ਼ਾਂ ਦਾ, ਸੰਗਤ ਦਾ ਮਹੰਤ ਰਾਮ ਮੁਨੀ ਜੀ ਵੱਲੋਂ ਧੰਨਵਾਦ ਹੈ। ਇੱਧਰ ਸਾਡੇ ਗੌਰਵ ਜੀ ਜੋ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਵੀ ਉਦਾਸੀਨ ਭੇਖਦੇ ਵੀ ਜੋ ਆਪਣਾ ਇਹ ਟਾਈਮ ਦਿੰਦੇ ਨੇ, ਅਤੇ ਟੀ ਵੀ ਦੇ ਉੱਤੇ ਵੀ ਪ੍ਰੋਗਰਾਮ ਆਉਂਦਾ ਉਹ ਤੁਹਾਨੂੰ ਦੱਸਣਗੇ, ਅਤੇ ਵੱਡੇ ਭਾਗ ਹਨ ਆਪਾਂ ਇਹ ਹਾਜ਼ਰੀ ਲਵਾਉਂਦੇ। ਇਸ ਮੌਕੇ ਮਹੰਤ ਵੇਦ ਪ੍ਰਕਾਸ਼ ਜੀ, ਚੇਲਾ ਮਹੰਤ ਡਾਕਟਰ ਰਾਮ ਪ੍ਰਕਾਸ਼ ਸ਼ਾਸਤਰੀ ਜੀ ਢੁੱਡੀ ਵਾਲੇ, ਮਹੰਤ ਸਰਵਨ ਦਾਸ ਜੀ ਫਿਰੋਜ਼ਪੁਰ, ਵੈਦ ਮਹੰਤ ਬਲਦੇਵ ਦਾਸ ਜੀ ਫਰੀਦਕੋਟ, ਮਹੰਤ ਸੋਹਣ ਦਾਸ ਜੀ ਦਾਇਆ ਕਲਾਂ ਵੀ ਹਾਜ਼ਰ ਸਨ। ਭੋਗ ਪੈਣ ਉਪਰੰਤ ਅਰਦਾਸ ਬੇਨਤੀਆਂ ਅਤੇ ਆਰਤੀ ਵੀ ਕੀਤੀ ਗਈ, ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਸਵਾਮੀ ਕਹਿੰਦਾ ਕੇ ਕਾਜ ਸਵਾਰ ਤਾਹੇ ਗੋਪਾਲ
ਚਿੰਤਾ ਕਉ ਪੈਸ ਮੰਗੋਲਾ ਵੇਰੀ ਇੱਕ ਤਾੜਨ ਤੁਰੇ ਚੰਗੇਰੀ ਬਾਬਾ ਧਰਤੀ ਗਏ ਹਣ ਚੰਗੀ ਜਨ ਧਰਨਾ ਦੇਵੈ ਮੰਗੀ ਹੇ ਗੋਪਾਲ ਤੇਰੋ ਆਰਤਾ ਜਿਦੇ ਆਲ ਤੇਰੋ ਆਰਤਾ ਜਾ ਕੇ ਪ੍ਰਸੰਨ ਭਰੇ ਮਹਾਮਨ ਦੇਵਨ ਕੇ ਤਪ ਮੇ ਸੁਖ ਪਾਵੈ ਜਗ ਕਰੈ ਕਬਿਦ ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦਿਆਂ ਮਹੰਤ ਰਾਮ ਮੁਨੀ ਜੀ ਹਰੀਏ ਵਾਲਾ ਅਤੇ ਮਹੰਤ ਜਗਦੀਸ਼ ਦਾਸ ਜੀ ਖੋਸਾ ਰਣਧੀਰ ਨੇ ਆਪਣੇ ਵਿਚਾਰ ਰੱਖੇ। ਉਦਾਸੀਨ ਆਸ਼ਰਮ ਡੇਰਾ ਬਾਬਾ ਸੰਤ ਪ੍ਰਕਾਸ਼ ਹਰੀਏ ਵਾਲਾ ਵਿਖੇ ਸ੍ਰੀ ਮਾਨ 108 ਬ੍ਰਹਮਲੀਨ ਸਵਾਮੀ ਰਾਮਾਨੰਦ ਮਹਾਰਾਜ ਜੀ ਦੀ ਸਾਲਾਨਾ 24ਵੀਂ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਤੋਂ ਲੈ ਕੇ ਸ੍ਰੀ ਚੰਦਰ ਸਿਧਾਂਤ ਸਾਗਰ ਜੀ ਦੀ ਅਖੰਡ ਜਾਪ ਦਾ ਭੋਗ ਪਵਾਇਆ ਗਿਆ। ਭੋਗ ਤੋਂ ਉਪਰੰਤ ਦੂਰੋਂ ਦੂਰੋਂ ਪਹੁੰਚੇ ਹੋਈ ਮਹਾਂਪੁਰਸ਼ਾਂ ਦੀ ਪ੍ਰਵਚਨ ਹੋਏ। ਪ੍ਰਵਚਨਾਂ ਤੋਂ ਬਾਅਦ ਕਵਿਸ਼ਰੀ ਜਥੇ ਉਹਨਾਂ ਨੇ ਆਪਣਾ ਸੰਗਤਾਂ ਨੂੰ ਨਿਹਾਲ ਕੀਤਾ। ਉਸ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਮਹੰਤਾਂ ਦਾ ਨਾਂਗੇ ਨਿਰਵਾਣਾਂ ਦਾ ਡੇਰੇ 'ਤੇ ਪਹੁੰਚੇ ਹੋਏ ਸੇਵਾਦਾਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬੋਲ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ। ਪਿੰਡ ਹਰੀਏ ਵਾਲਾ ਸੰਤ ਆਸ਼ਰਮ ਵਿਖੇ ਇਰਦ ਗਿਰਦ ਦੇ ਆਏ ਹੋਏ ਸੰਤਾਂ ਮਹੰਤਾਂ ਨਾਂਗੇ ਨਿਰਵਾਣਾਂ ਨੇ ਸਵਾਮੀ ਰਾਮਾਨੰਦ ਜੀ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਦਰਸ਼ਨ ਦਿੱਤੇ ਔਰ ਇਰਦ ਗਿਰਦ ਦੇ ਨਗਰਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਇਸ ਮਹਾਨ ਸੰਤ ਸਮਾਗਮ ਦੇ ਵਿੱਚ ਸਹਿਯੋਗ ਦਿੱਤਾ, ਸੇਵਾ ਕੀਤੀ। ਤਨ ਮਨ ਧਨ ਦੇ ਨਾਲ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਔਰ ਇਸ ਅਸਥਾਨ ਦੇ ਆਸ਼ਰਮ ਦੇ ਮਹੰਤ ਸ਼੍ਰੀ ਰਾਮ ਮੁਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਪ੍ਰੋਗਰਾਮ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਕਰਵਾਇਆ। ਅਤਿ ਧੰਨਵਾਦ ਦੇ ਯੋਗ ਹਨ। ਬੀਬੀਆਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਮਹੰਤ ਰਾਮ ਮੁਨੀ ਜੀ ਵੱਲੋਂ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301 94170-36301 ਅਤੇ 98141-36301।